बिस्मिल्लाह रहमान रहीम। अस्सलाम वालेकुम दोस्तों, इधर नवीं एरिए जो मैं हूँ तो मुंडा लग गया काम कर गड्डी का, देखते हैं वह इंटरव्यू करते हैं तो तेन जरा ना वो कुछ मालूम मिलन गई उम्मीद है। तो इतने गड्डिया के जो मकैनिक बंद आते हैं मिस्त्री रात उन्होंने की सैलरी होंगी है, रैश का उन्होंने की हिसाब किताब हों, सारे का सेम नहीं होंगे, किसी का जरा कंपनी रैश दिंदी है किसी को, लेकिन उन्होंने पूछते हैं जाके भी वह जो हिसाब किताब है कि उन्होंने रैश कंपनी दे रही है या वो अपनी है, सैलरी वो की है, जो भी हिसाब किताब है वो चलते हैं, उत्थे चल के तुम दिखाने तो अल्लाह खैर करे। बाकी आ देखो हूँ तुम मैं दिखाना दूसरा पासा, वो सामने लगे कम कर जाके वो कोल, तो फिर जरा ना पूरा इंटरव्यू करते हैं। तो दोस्तों वीडियो जी अगर अच्छी लगे तो उन्होंने लाइक करया करो, चैनल में सबसक्राइब करया करो, वो हौसला अफजाई होंगी है, मेहनत करी दी है वीडियो बनाई दी है, तो चैनल में सबसक्राइब करोगे तो साढ़े ना वो ना थोड़ी जी हौसला अफजाई होंगी है, दिल खुश होंगे। साडा काम है मेहनत करके वीडियो बनाना, तो तुहाडा काम है जरा चैनल में सबसक्राइब करो, वीडियो लाइक करो, कमेंट करो। अगर कोई भी गल होंगी है मतलब होर तुम किस किस्म का इंटरव्यू देखना चाहते हो तुम दसो, असं जाके उस किस्म का इंटरव्यू फिर करने की कोशिश करा जिथे तक हो सके। ठीक है, चलो हम तुम दिखाने काम लगे बंदे, तो फिर बाकी इंटरव्यू शुरू कर दें अगे वाला जाके। उस्ताद जी की हो रहा जी, ये तो थोड़ी देर सानू दोगे, दो मिनट असं थोड़ा जहा इंटरव्यू कर लिए थे आड़ा। ओके जी, उधर गड्डी को उधर दूसरी को आ जाओ फिर। बिस्मिल्लाह रहमान रहीम। दोस्तों हुण उस्ताद होरी आए हैं, इन्हां नाल गल करदे हां, अगे लगे सी काम नूं, हुण वेले हो के आए हैं, हुण इन्हां नाल गलबात करदे हां, ते चलो नारे ओ मुफीद मालूमात मिलणगीआं। वालेकुम जी। वालेकुम सलाम जी। उस्ताद जी की नाम है अपना? मोहम्मद बिलाल। भाजी किहड़े शहर दे तुसीं? सियालकोट। सियालकोट दे, ठीक है। किन्नी देर तों बहरीन दे विच? 6 साल हो गए। 6 साल हो गए, इसे जगह या होर भी पहले किते कीता? नहीं, होर भी पहले काम कीता। सही है, किहड़ी जगह करदे रहे पहले? हां मटों। हां मटों। ਤੇ ਇਹ ਗਰਾਜ ਲੈਂਦੇ ਕੰਮ ਕਰਦੇ ਰਹੇ ਜਾਂ? ਨਹੀਂ, ਸਕ੍ਰੈਪ ਦਾ, ਸਪੇਅਰ ਪਾਰਟ ਦਾ। ਸਪੇਅਰ ਪਾਰਟ ਦਾ ਸਕ੍ਰੈਪ ਦਾ ਕੀਤਾ? ਜੀ। ਠੀਕ ਹੋ ਗਿਆ ਕੰਮ। ਸਕ੍ਰੈਪ ਵਾਲਾ ਜਿਹੜਾ ਉਹ ਅੱਛਾ ਸੀ ਜਾਂ ਮਕੈਨਿਕੀ ਦਾ ਕੰਮ ਤੁਹਾਨੂੰ ਇੱਥੇ? ਉਹ ਜ਼ਿਆਦਾ ਅੱਛਾ ਸੀ। ਉਹ ਜ਼ਿਆਦਾ ਅੱਛਾ ਜੀ। ਤੇ ਇੱਥੇ ਹੁਣ ਜਿੱਥੇ ਤੁਸੀਂ ਕੰਮ ਤੇ ਲੱਗੇ ਆ ਜੀ, ਇਸ ਕੰਮ ਤੇ ਕੀ ਤੁਹਾਡੀ ਮਤਲਬ ਕਿ ਸੈਲਰੀ ਆ ਤੇ ਕੀ ਡਿਊਟੀ ਆ? ਡਿਊਟੀ ਟਾਈਮਿੰਗ ਪਹਿਲੇ ਦੱਸੋ। ਡਿਊਟੀ ਟਾਈਮਿੰਗ ਆ ਸਵੇਰ 7 ਤੋਂ ਲੈ ਕੇ ਸ਼ਾਮੀ 7 ਵਜੇ ਤੱਕ। ਸਵੇਰ 7 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਜੀ। ਤੇ ਸੈਲਰੀ ਹੈ? ਵੀਜ਼ਾ ਦੋ ਤਿੰਨ ਮਹੀਨੇ ਬਾਅਦ। ਓਕੇ, ਠੀਕ ਹੋ ਗਿਆ। ਯਾਨੀ ਵੀਜ਼ਾ ਵੀ ਇਸੇ ਦੁਕਾਨ ਦਾ ਵਾ ਜੀ, ਤੇ ਸੈਲਰੀ ਜਿਹੜੀ ਆ 220 ਦਿਨਾਰ ਹੈ। ਤੇ ਜਾਣ ਆਉਣ ਦਾ ਕੀ ਹਿਸਾਬ ਕਿਤਾਬ? ਮਤਲਬ ਜਿਹੜਾ ਰਹਿਸ਼ ਆ, ਰੂਮ ਰੈਂਟ? ਰਹਿਸ਼ ਆਪਣੀ ਹੈ। ਰਹਿਸ਼ ਆਪਣੀ ਹੈ ਜੀ, ਰੂਮ ਰੈਂਟ ਵੀ ਆਪਣਾ। ਤੇ ਖਾਣ ਪੀਣ? ਖਾਣ ਪੀਣ ਵੀ ਆਪਣਾ। ਖਾਣ ਪੀਣ ਵੀ ਤੁਹਾਡਾ? ਹਾਂ, ਦੋ ਟਾਈਮ ਇੱਥੇ, ਬਸ ਇੱਕ ਟਾਈਮ ਕਾ। ਅੱਛਾ, ਦੋ ਟਾਈਮ ਇੱਥੇ ਖਾਣਾ, ਉਹ ਮਾਲਕਾਂ ਦਾ ਜਾਂ ਤੁਹਾਡਾ? ਮਾਲਕਾਂ ਦਾ। ਉਹ ਮਾਲਕਾਂ ਦਾ, ਸਹੀ ਹੋ ਗਿਆ। ਹਾਂਜੀ ਭਾਈ ਜੀ, ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਅਗਰ ਪਾਕਿਸਤਾਨੋਂ ਬੰਦਾ ਜਿਹੜਾ ਆਉਣਾ ਚਾਹੁੰਦਾ ਨਵਾਂ, ਉਹਦੇ ਵਾਸਤੇ ਤੁਸੀਂ ਕੀ ਦੱਸੋਗੇ, ਕੰਮ ਦੇ ਹਾਲਾਤ ਕਿਵੇਂ ਦੇ ਆ? ਕੰਮ ਦੇ ਹਾਲਾਤ ਠੀਕ ਨੇ, ਬਿਹਤਰ ਨੇਗੇ ਨਾ। ਠੀਕ ਹੈ, ਅਤੇ ਜੇ ਵੀਜ਼ੇ 'ਤੇ ਆ, ਵਿਜ਼ਿਟ 'ਤੇ, ਅਤੇ ਉਹ ਪ੍ਰੋਬਲਮ ਆਉਂਦੀ ਸਕਦੀ, ਕਿਉਂਕਿ ਨਾਲੇ ਦਾ ਏਜੰਟ ਧੋਖਾ ਕਰਦੇ ਨੇ, ਨਾਲੇ ਪੈਸੇ ਲੈ ਕੇ ਅੱਗੋਂ ਵੀਜ਼ਾ ਨਹੀਂ ਲਾਉਂਦੇ ਪੱਕਾ। ਠੀਕ ਹੋ ਗਿਆ, ਅਤੇ ਅੱਗੋਂ ਬੰਦੇ ਰੁਲਦੇ ਨੇ ਪਏ। ਠੀਕ ਹੈ, ਪੱਕਾ ਵੀਜ਼ਾ ਲਾ ਗਿਆ ਕੰਪਨੀ 'ਤੇ, ਫਿਰ ਮੁਸ਼ਕਲ ਨਹੀਂ, ਬੰਦਾ ਐਡਜਸਟ ਹੋ ਜਾਂਦਾ ਕੰਮ 'ਚ। ਸਹੀ ਹੈ, ਕੰਮ ਬਿਹਤਰ ਜਾ ਰਿਹਾ ਮਾਸ਼ਾਅੱਲਾ, ਇੱਥੇ ਦੁਕਾਨਾਂ ਨੇ, ਮਾਰਕੀਟ ਆਪਣੀ ਬਣੀ ਜੀ, ਬਹੁਤ ਬਿਜ਼ਨਸ ਮਾਸ਼ਾਅੱਲਾ। 220 ਦਿਨਾਰ ਸੈਲਰੀ ਆ, ਚੰਗੇ ਪੈਸੇ, 220 ਦਿਨਾਰ ਚੰਗੇ ਪੈਸੇ ਬਣਦੇ ਆ, ਦਸ ਸਕੂਨ। ਸਹੀ ਹੈ, ਚਲੋ ਬੜੀ ਮਿਹਰਬਾਨੀ ਸਰ, ਅਤੇ ਦੂਸਰੇ ਨੰਬਰ 'ਤੇ ਬਹੁਤ ਸ਼ੁਕਰੀਆ ਤੁਹਾਡਾ। ਓਕੇ ਸਰ, ਅਤੇ ਇਨਸ਼ਾ ਅੱਲਾਹ ਤਾਲਾ ਫਿਰ ਨੈਕਸਟ ਟਾਈਮ ਆਏ ਤਾਂ ਫਿਰ ਦੁਬਾਰਾ ਇਨਸ਼ਾ ਅੱਲਾਹ ਗੱਲ ਹੋਈ ਤਾਂ ਫਿਰ ਧਿਆਨ ਨਾਲ ਮਿਲਾਂਗੇ, ਫਿਰ ਦੁਬਾਰਾ ਕਰਾਂਗੇ ਇੰਟਰਵਿਊ। ਓਕੇ ਜੀ, ਬਹੁਤ ਸ਼ੁਕਰੀਆ ਜੀ ਦੋਸਤੋ। ਅਤੇ ਇਹ ਸੀਗਾ ਇੰਟਰਵਿਊ ਇਹਦਾ ਭਾਈ ਦਾ, ਮਕੈਨਿਕ ਦਾ, ਯਾਨੀ ਕਿ ਜਿਹੜਾ ਬੰਦਾ ਮਕੈਨਿਕ ਆਉਂਦਾ ਨਾ ਲੇਬਰ ਦੇ ਵਿੱਚ, ਇੱਥੇ ਇਹ ਉਹਦਾ ਇੰਟਰਵਿਊ ਸੀ ਕਿ ਯਾਨੀ ਕਿੰਨੀ ਸੈਲਰੀ ਹੁੰਦੀ ਆ, ਰੈਸ਼ ਦਾ ਕੀ ਹਿਸਾਬ ਕਿਤਾਬ, ਉਹਨੇ ਸਾਰਾ ਤੁਹਾਨੂੰ ਦੱਸਿਆ ਕਿ ਇਹ ਰੈਸ਼ ਦਾ ਹਿਸਾਬ ਕਿਤਾਬ ਆ, ਇਹ ਕੰਪਨੀ ਦਾ ਜਿਹੜਾ ਸੈਲਰੀ ਦਾ ਹਿਸਾਬ ਕਿਤਾਬ। ਮਾਸ਼ਾਅੱਲਾ ਸੈਲਰੀ ਠੀਕ ਆ, ਯਾਨੀ ਲੱਖ ਸਵਾ ਲੱਖ ਰੁਪਈਆ ਬਣ ਜਾਂਦਾ, ਅਤੇ ਬਿਹਤਰੀਨ ਸੈਲਰੀ ਹੈ। ਅਤੇ ਗੱਲ ਇਹ ਆ ਕਿ ਕੰਮ ਕਰਨ ਦੇ ਵੀ ਮੁਨਸਰ ਹੁੰਦੀ ਆ, ਮਿਹਨਤ ਜਿੰਨੀ ਉਸ ਹਿਸਾਬ ਕਿਤਾਬ ਨਾਲ ਕਮਾਈ ਹੈ ਜੀ, ਜਿੰਨੀ ਮਿਹਨਤ ਹੈ। ਖੈਰ ਦੋਸਤੋ, ਜਿਹੜੀ ਅੱਜ ਦੀ ਵੀਡੀਓ ਆ, ਅਗਰ ਤੁਹਾਨੂੰ ਇਹ ਅੱਛੀ ਲੱਗੀ ਹੈ, ਅਗਲਾ ਇੰਟਰਵਿਊ ਜਿਹੜਾ ਕਰਨਾ ਉਹ ਕਿਸ ਹਿਸਾਬ ਦਾ ਕਰੀਏ, ਸਾਨੂੰ ਥੋੜ੍ਹਾ ਜਿਹਾ ਕਮੈਂਟ ਦੇ ਵਿੱਚ ਦੱਸਿਓ। ਠੀਕ ਆ,
ਤੇ ਜਿਹੜੇ ਪਹਿਲੇ ਇੰਟਰਵਿਊ ਕੀਤੇ ਆ ਉਹਨਾਂ ਦੇ ਬਾਰੇ 'ਚ ਵੀ ਜਿਹੜਾ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਵੇਂ ਦਾ ਇੰਟਰਵਿਊ ਆ, ਸਹੀ ਆ, ਕੀ ਸਵਾਲ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਉਹ ਸਾਰੇ ਫਿਰ ਤੁਹਾਨੂੰ ਦੱਸੀਏ ਪਤਾ ਕਰਕੇ, ਠੀਕ ਹੋ ਗਿਆ। ਅਤੇ ਬਾਕੀ ਦੁਆਵਾਂ 'ਚ ਯਾਦ ਰੱਖਿਓ, ਅਤੇ ਇਹ ਆ ਕਿ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰੋ, ਔਰ ਕਿਸ ਤਰੀਕੇ ਨਾਲ ਅਸੀਂ ਚੈਨਲ ਨੂੰ ਬਿਹਤਰ ਕਰ ਸਕਦੇ ਹਾਂ ਉਹਦੇ ਬਾਰੇ 'ਚ ਜਿਹੜਾ ਸਾਨੂੰ ਮਸ਼ਵਰੇ ਦਿਆ ਕਰੋ, ਅਤੇ ਕਮੈਂਟ ਬਾਕਸ 'ਚ ਲਾਜ਼ਮੀ ਕਮੈਂਟ ਕਰਕੇ ਦੱਸਿਆ ਕਰੋ। ਦੁਆਵਾਂ 'ਚ ਯਾਦ ਰੱਖਿਓ ਜੀ। ਓਕੇ, ਠੀਕ ਆ, ਅੱਜ ਦੀ ਵੀਡੀਓ ਇੰਨੀ ਕਿਸੀ, ਇਨਸ਼ਾ ਅੱਲਾਹ ਤਾਲਾ ਨੈਕਸਟ ਵੀਡੀਓ ਵਿੱਚ ਫਿਰ ਹਾਜ਼ਰ ਹੋਵਾਂਗੇ। ਅੱਲਾਹ ਹਾਫਿਜ਼।